ਜਦੋਂ ਇਨਸਾਨ ਕੋਲ ਪੈਸਾ ਹੁੰਦਾ ਹੈ, ਸ਼ੋਹਰਤ ਹੁੰਦੀ ਹੈ, ਜਵਾਨੀ ਦਾ ਜੋਸ਼ ਹੁੰਦਾ ਹੈ, ਉਦੋਂ ਇਨਸਾਨ ਦੀ ਰੂਹ ਤੇ ਪੱਟੀ ਬੰਨੀ ਹੁੰਦੀ ਹੈ। ਉਹ ਉਦੋਂ ਇਹਨਾਂ ਰੰਗਾਂ ਦੇ ਰੰਗ ਵਿੱਚ ਐਸਾ ਰੰਗਿਆ ਰਹਿੰਦਾ ਹੈ ਕਿ ਉਸ ਨੂੰ ਇਸ ਭਰੇ ਹੋਏ ਬਾਜ਼ਾਰ ਵਿੱਚ ਨਾ ਤਾਂ ਕੋਈ ਰਿਸ਼ਤਿਆਂ ਦੀ ਅਹਿਮੀਅਤ ਹੁੰਦੀ ਹੈ ਤੇ ਨਾ ਹੀ ਇਸ ਸੰਸਾਰ ਨੂੰ ਕਦੇ ਨਾ ਕਦੇ ਛੱਡ ਕੇ ਜਾਣ ਦਾ ਡਰ। ਜਿਵੇਂ ਆਕਾਸ਼ ਵਿੱਚ ਵਿਖਾਈ ਦਿੰਦੀ ਸਤਰੰਗੀ ਪੀਂਗ ਵਿੱਚ ਸੱਤ ਰੰਗ ਵਿਖਾਈ ਦਿੰਦੇ ਹਨ, ਉਂਜ ਹੀ ਇਸ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਸੱਤ ਰੰਗ ਇੱਕ ਰੰਗ ਦੇ ਵਿੱਚ ਲਿਪਟੇ ਹੋਏ ਮੌਜੂਦ ਹੁੰਦੇ ਹਨ। ਉਹ ਇੱਕ ਰੰਗ ਹੈ ਹੋਮੇ ਵਾਲਾ, ਜੋ ਉਸ ਕਾਲੇ ਨਾਗ ਦੇ ਡੰਗ ਵਾਂਗੂ ਇੰਨਾ ਜ਼ਹਿਰੀਲਾ ਹੁੰਦਾ ਹੈ, ਜਿਸ ਦਾ ਡੰਗਿਆ ਇਨਸਾਨ ਕਦੇ ਪਾਣੀ ਵੀ ਨਹੀਂ ਮੰਗਦਾ। ਬਚ ਲਓ ਇਸ ਹੋਮੇ ਦੇ ਡੰਗ ਤੋਂ ਜਿੰਨਾ ਬਚਿਆ ਜਾਂਦਾ। ਯਾਦ ਕਰੋ ਉਹ ਵੇਲਾ ਜਦੋਂ ਸਰੀਰ ਚੋਂ ਆਖਰੀ ਸਾਹ ਨਿਕਲਣਾ ਹੈ, ਇਹ ਸਭ ਕੁਝ ਧਰਿਆ ਧਰਾਇਆ ਰਹਿ ਜਾਣਾ ਹੈ ਇੱਥੇ। ਜੇਕਰ ਕੁਝ ਨਾਲ ਜਾਣਾ ਹੈ ਤਾਂ ਬਸ ਜ਼ਿੰਦਗੀ ਵਿੱਚ ਕੀਤੇ ਹੋਏ ਚੰਗੇ ਕਰਮਾਂ ਦੀ ਕਮਾਈ, ਚੰਗੇ ਕਰਮਾਂ ਦਾ ਚੰਗਾ ਇਨਾਮ ਤੇ ਬੁਰੇ ਕਰਮਾਂ ਦੀ ਭਿਆਨਕ ਸਜ਼ਾ। ਹੁਣ ਸੋਚ ਲਓ, ਬਸ ਅੱਜ ਹੀ ਨਜ਼ਾਰੇ ਲੁੱਟਣੇ ਹਨ ਜਾਂ ਫਿਰ ਉਸਦੇ ਰੰਗ ਵਿੱਚ ਰੰਗ ਕੇ ਸਦਾ ਹੀ ਨਜ਼ਾਰੇ ਲੁੱਟਣੇ ਹਨ। ਰੱਬ ਨੇ ਜ਼ਿੰਦਗੀ ਦੀ ਡੋਰ ਤੁਹਾਡੇ ਹੱਥ 'ਚ ਹੀ ਫੜਾਈ ਹੋਈ ਹੈ। ਤੁਸੀਂ ਜ਼ਿੰਦਗੀ ਦੀ ਪਤੰਗ ਨੂੰ ਕਿੰਨਾ ਉੱਚਾ ਉਡਾਉਣਾ ਚਾਹੁੰਦੇ ਹੋ, ਇਹ ਸਿਰਫ ਤੁਹਾਡੇ ਹੱਥ ਵਿੱਚ ਹੀ ਹੈ। ਅਤੇ ਜ਼ਿੰਦਗੀ ਦੀ ਪਤੰਗ ਨੂੰ ਸ਼ੋਹਰਤ, ਮੋਹ ਮਾਇਆ, ਲੋਭ ਦੇ ਚੱਕਰ ਵਿੱਚ ਫਸ ਕੇ ਅੱਜ ਹੀ ਕਟਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ। ਮੇਰੀ ਵਿਚਾਰੀ ਕਲਮ ਦਾ ਤਾਂ ਇਹੀ ਕੰਮ ਹੈ, ਇਹੀ ਕੰਮ ਹੈ, ਇਹੀ ਕੰਮ ਸੀ ਤੁਹਾਨੂੰ ਡੁੱਬਣ ਤੋਂ ਪਹਿਲਾਂ ਦੱਸਣਾ ਕਿ ਨਹਿਰ ਵਿੱਚ ਪਾਣੀ ਬਹੁਤ ਜ਼ਿਆਦਾ ਹੈ। ਤੁਸੀਂ ਤੈਰ ਕੇ ਪਾਰ ਲੰਘਣਾ ਚਾਹੁੰਦੇ ਹੋ ਜਾਂ ਦੁਨੀਆ ਰੂਪੀ ਇਸ ਨਹਿਰ ਵਿੱਚ ਡੁੱਬਣਾ ਚਾਹੁੰਦੇ ਹੋ, ਸਭ ਤੁਹਾਡੇ ਹੱਥ ਹੈ। ਉਹ ਸਾਰੇ ਜੱਗ ਦਾ ਮਾਲਕ, ਸਭ ਦਾ ਮਾਲਕ ਖੈਰ ਕਰੇ, ਬਸ ਖੈਰ ਕਰੇ ਸਭ ਤੇ, ਮੇਰੇ ਤੇ ਵੀ ਤੇ ਤੁਹਾਡੇ ਤੇ ਵੀ। ਇਹੀ ਆਸ ਹੈ ਮੇਰੀ ਤੇ ਇਹੀ ਅਰਦਾਸ ਹੈ ਮੇਰੀ, ਇਹੀ ਅਰਦਾਸ ਹੈ ਮੇਰੀ। ਜਦੋਂ ਇਨਸਾਨ ਕੋਲ ਪੈਸਾ ਹੁੰਦਾ ਹੈ, ਸ਼ੋਹਰਤ ਹੁੰਦੀ ਹੈ, ਜਵਾਨੀ ਦਾ ਜੋਸ਼ ਹੁੰਦਾ ਹੈ, ਉਦੋਂ ਇਨਸਾਨ ਦੀ ਰੂਹ ਤੇ ਪੱਟੀ ਬੰਨੀ ਹੁੰਦੀ ਹੈ। ਉਹ ਉਦੋਂ ਇਹਨਾਂ ਰੰਗਾਂ ਦੇ ਰੰਗ ਵਿੱਚ ਐਸਾ ਰੰਗਿਆ ਰਹਿੰਦਾ ਹੈ ਕਿ ਉਸ ਨੂੰ ਇਸ ਭਰੇ ਹੋਏ ਬਾਜ਼ਾਰ ਵਿੱਚ